ਕਿ ਪਹਿਲਾ ਅਜਿਹਾ ਦਫ਼ਤਰ ਹੈ ਜਿੱਥੇ ਕੂੜਾ ਘਰ ਲਿਖਿਆ ਹੋਇਆ, ਇੱਥੇ ਕੂੜਾ ਸਟੋਰ ਕੀਤਾ ਜਾਏਗਾ। ਦਫ਼ਤਰ ਤਾਂ ਮੈਂ ਬਹੁਤ ਦੇਖਿਆ, ਇਹ ਦਫ਼ਤਰ 'ਚ ਕੀ ਖਾਸ ਹੈ? ਵਧੀਆ ਢੰਗ ਨਾਲ ਸਾਡੇ ਕੋਲ ਪ੍ਰੋਪਰ ਇਸੇ ਕੂੜਾ ਲੈ ਕੇ ਆਉਣਗੀਆਂ ਔਰਤਾਂ, ਅਸੀਂ ਉਹਨਾਂ ਨੂੰ ਗਿਫਟ ਦੇਣੇ। ਉਹ ਕੂੜੇ ਨੂੰ ਸਮੇਟਣ ਦੇ ਪੈਸੇ ਲੈ ਜਾਂਦੇ, ਉਹਨੂੰ ਰੀਸਾਈਕਲ ਕਰਨ ਦੇ ਪੈਸੇ ਲੈ ਜਾਂਦੇ ਆ, ਕਿਉਂਕਿ ਖਾਣਾ ਅਸੀਂ ਗੱਡੀ 'ਚ ਗੰਦ ਅਸੀਂ ਸੜਕ 'ਤੇ ਪਾਉਣਾ, ਫਿਰ ਦੇਸ਼ ਕਿਵੇਂ ਸਾਡਾ ਸਾਫ਼ ਸੁਥਰਾ ਸਵੱਛ ਹੋ ਸਕਦਾ? ਨਹੀਂ ਸੋਚ ਸਕਦੇ। ਤਾਂ ਬਿਲਕੁਲ, ਮੈਂ ਬੜੇ ਦਫ਼ਤਰ ਦੇਖੇ ਅੱਜ ਤੱਕ, ਮੈਂ ਪਹਿਲਾ ਅਜਿਹਾ ਦਫ਼ਤਰ ਦੇਖਿਆ। ਤੁਸੀਂ ਤਸਵੀਰਾਂ ਦਿਖਾਓ ਜ਼ਰੂਰ ਕਿ ਪਹਿਲਾ ਅਜਿਹਾ ਦਫ਼ਤਰ ਹੈ ਜਿੱਥੇ ਕੂੜਾ ਘਰ ਲਿਖਿਆ ਹੋਇਆ, ਇੱਥੇ ਕੂੜਾ ਸਟੋਰ ਕੀਤਾ ਜਾਏਗਾ। ਦਫ਼ਤਰ ਤਾਂ ਮੈਂ ਬਹੁਤ ਦੇਖਿਆ, ਇਹ ਦਫ਼ਤਰ 'ਚ ਕੀ ਖਾਸ ਹੈ ਇੱਦਾਂ ਦਾ? ਇਹ ਅਸਲ ਕੂੜੇ ਘਰ ਦਾ ਸਾਡਾ ਦਫ਼ਤਰ ਬਣਾਇਆ, ਕਿਉਂਕਿ ਇੱਥੇ ਸਾਡੀਆਂ ਜਿਹੜੀਆਂ ਔਰਤਾਂ ਬੈਠਣਗੀਆਂ, ਇਹਦੇ ਅੰਦਰ ਪੱਖਾ ਵਗੈਰਾ ਲੱਗਿਆ ਹੋ ਗਿਆ, ਸਾਰੀਆਂ ਲਾਈਟਾਂ ਲੱਗੀਆਂ, ਪ੍ਰਬੰਧ ਕੀਤਾ ਹੈਗਾ। ਜਦੋਂ ਔਰਤਾਂ ਸਾਡੀਆਂ ਵਿਹਲੀਆਂ ਹੋਣਗੀਆਂ, ਰੈਸਟ ਕਰਨਗੀਆਂ ਇੱਥੇ ਬੈਠ ਕੇ, ਕੋਈ ਜਿਹੜਾ ਸਮਾਨ ਹੋਊਗਾ ਕੂੜੇ ਨੂੰ, ਗਲਵਜ਼ ਵਗੈਰਾ ਵਗੈਰਾ, ਕੋਈ ਬੱਠਲ, ਕੋਈ ਕਹੀਆਂ, ਇਸ ਤਰ੍ਹਾਂ ਦੀਆਂ ਸਾਰੀਆਂ ਚੀਜ਼ਾਂ 'ਚ ਰੱਖੀਆਂ ਜਾਣਗੀਆਂ। ਔਰ ਜਿਹੜਾ ਸਾਡਾ ਰਿਕਾਰਡ ਵੀ ਅਸੀਂ ਰੱਖ, ਕਿਉਂਕਿ ਜਿਹੜੀਆਂ ਔਰਤਾਂ ਨੂੰ ਅਸੀਂ ਪੈਸੇ ਦੇਣੇ ਆ, ਨਾਮ ਦੇਣੇ ਹੈਗੇ ਆ, ਕਿਉਂਕਿ ਨਾਮ ਉਹਨਾਂ ਨੂੰ ਦੇਣੇ ਆ ਜਿਹੜਾ ਵਧੀਆ ਢੰਗ ਨਾਲ ਸਾਡੇ ਕੋਲ ਪ੍ਰੋਪਰ ਇਸੇ ਕੂੜਾ ਲੈ ਕੇ ਆਉਣਗੀਆਂ ਔਰਤਾਂ, ਅਸੀਂ ਉਹਨਾਂ ਨੂੰ ਗਿਫਟ ਦੇਣੇ ਆ। ਅੱਛਾ। ਔਰ ਪੈਸੇ ਅਸੀਂ ਉਹਨਾਂ ਨੂੰ ਪੈਸੇ ਜਿਹੜੇ ਪੈਸੇ ਦੇਣੇ ਆ, ਅਸੀਂ ਜਿਹੜੀ ਸਾਡੀ ਖਾਦ ਬਣੂਗੀ ਕੂੜੇ ਦੀ, ਅਸੀਂ ਉਹਨੂੰ ਸੇਲ ਕਰਾਂਗੇ, ਉਹ ਸੇਲ ਦੇ ਵਿੱਚੋਂ ਜਿਹੜੀ ਸਾਨੂੰ ਆਮਦਨ ਹੋਊਗੀ, ਅਸੀਂ ਜਿਹੜੇ ਔਰਤਾਂ ਸਾਡੇ ਕੋਲ ਕੂੜਾ ਲੈ ਕੇ ਆਉਣਗੀਆਂ, ਅਸੀਂ ਉਹਨਾਂ ਨੂੰ ਪੈਸੇ ਦੇਣੇ। ਅੱਛਾ। ਔਰ ਇੱਕ ਬਹੁਤ ਵਧੀਆ ਢੰਗ ਨਾਲ ਵਿਧੀ ਦੇ ਨਾਲ ਇਹਨੂੰ ਸਾਰਾ ਅਸੀਂ ਚਲਾਵਾਂਗੇ। ਔਰ ਸਾਡੇ ਲਈ ਬੜੀ ਖੁਸ਼ੀ ਗੱਲ ਆ ਕਿ ਤੁਸੀਂ ਪਹਿਲਾਂ ਦੇਖ ਰਹੇ ਹੋ ਕਿ ਅੱਜ ਤੱਕ ਦੇਖਿਆ ਨਹੀਂ ਹੋਣਾ ਕਿ ਕੂੜੇ ਘਰ ਦਾ ਦਫ਼ਤਰ ਰਣਸੀਂਹ ਕਲਾਂ ਦਾ ਕੂੜੇ ਘਰ ਦਾ ਦਫ਼ਤਰ ਹੈ, ਕਿ ਜਿੱਥੇ ਕੂੜੇ ਘਰ ਦਾ ਵੀ ਦਫ਼ਤਰ ਬਣਿਆ। ਬੜੀ ਨਵੇਕਲੀ ਗੱਲ ਆ, ਤਾਂ ਹੀ ਤਾਂ ਆਖਿਆ ਕਿ ਰਣਸੀਂਹ ਕਲਾਂ ਦੀਆਂ ਰੂੜੀਆਂ 'ਚ ਪੱਖੇ ਚੱਲਦੇ ਆ। ਇਹ ਬੜੀ ਵੱਡੀ ਗੱਲ ਹੈ। ਔਰ ਇਹ ਜਿਹੜਾ ਪੈਟ ਬਣਾਏ ਹੈਗੇ ਆ, ਇਹਦੇ ਵਿੱਚ ਅਸੀਂ ਗਿੱਲਾ ਕੂੜਾ ਸਟੋਰ ਕਰਾਂਗੇ, ਜਿਹਦੇ ਵਿੱਚ ਸਬਜ਼ੀਆਂ ਦੇ ਫੁਲਕ ਵਗੈਰਾ, ਫਲਾਂ ਦੇ ਫੁਲਕ ਵਗੈਰਾ, ਚਾਹ ਪੱਤੀ, ਦਾਲਾਂ, ਦਰੱਖਤਾਂ ਦੇ ਪੱਤੇ, ਉਹ ਸਾਰੇ ਜਿਹੜਾ ਗਿੱਲਾ ਕੂੜੇ ਦਾ ਰੂਪ ਹੋਣਗੇ ਉਹ ਆਏਗਾ। ਉਦੋਂ ਬਿਨਾਂ ਜਿਹੜਾ ਸੁੱਕਾ ਕੂੜਾ ਆਊਗਾ, ਜਿਹਦੇ ਵਿੱਚ ਪਲਾਸਟਿਕ ਆ ਸਕਦੀ ਆ, ਕੱਚ ਆ ਸਕਦਾ, ਲੋਹਾ ਆ ਸਕਦਾ, ਕੱਪੜੇ ਆ ਸਕਦੇ ਆ, ਉਹਨਾਂ ਨੂੰ ਅਸੀਂ ਅਲੱਗ ਤਰ੍ਹਾਂ ਸਟੋਰ ਕਰਾਂਗੇ। ਔਰ ਪਲਾਸਟਿਕ ਨੂੰ ਉਹਦੇ ਵਿੱਚੋਂ ਕੱਢ ਕੇ ਅਸੀਂ ਰੀਸਾਈਕਲ ਕਰਾਂਗੇ। ਅੱਛਾ। ਔਰ ਜਿਹੜੇ ਬੱਚਿਆਂ ਦੇ ਡੈਪਰ ਹੋਣਗੇ, ਔਰਤਾਂ ਦੇ ਸੈਂਟਰੀ ਪੈਡ ਵਗੈਰਾ ਹੋਣਗੇ, ਉਹਨਾਂ ਨੂੰ ਜਾਲਣ ਦੀ ਖਾਤਰ, ਨਸ਼ਟ ਕਰਨ ਦੀ ਖਾਤਰ ਇੱਕ ਭੱਠੀ ਬਣਾਈ ਆ। ਔਰ ਜਿਹੜੇ ਪਸ਼ੂਆਂ ਦਾ ਗੋਬਰ ਆਉਂਦਾ ਹੈ, ਕਿਉਂਕਿ ਉਹ ਗੋਬਰ ਨੂੰ ਵੀ ਅਸੀਂ ਸਟੋਰ ਕਰਨਾ, ਉਹਦੇ ਲਈ ਇੱਕ ਵੱਖਰਾ ਵੱਡਾ ਇੱਕ ਪੂਰਾ ਵੱਡਾ ਪਿੱਟ ਬਣਾਇਆ, ਉਹਦੇ ਵਿੱਚ ਅਸੀਂ ਸਟੋਰ ਕਰਾਂਗੇ। ਜਦੋਂ ਖਾਦ ਬਣ ਜੂਗੀ, ਅਸੀਂ ਉਹ ਖਾਦ ਵੀ ਕਿਸਾਨਾਂ ਨੂੰ ਸੇਲ ਕਰਾਂਗੇ। ਔਰ ਅਸੀਂ ਇਹਨੂੰ ਜਿਹੜੀ ਅੱਜ ਸਾਡੇ ਲਈ ਇੱਕ ਲੋਕਾਂ ਲਈ ਸਮੱਸਿਆ ਬਣੀ ਹੋਈ ਆ ਕੂੜੇ ਦੀ, ਅਸੀਂ ਉਹਨੂੰ ਵਰਦਾਨ ਦੇ ਰੂਪ 'ਚ ਬਣਾਵਾਂਗੇ। ਬਿਲਕੁਲ, ਇਹ ਵਰਦਾਨ ਬਣੂਗਾ ਕੂੜਾ ਘਰ ਲੋਕਾਂ ਲਈ, ਕਿਉਂਕਿ ਦਿੱਲੀ ਵਰਗੇ ਦੇਖ ਜਿਹੜੇ ਸੂਬੇ ਆ, ਤੁਸੀਂ ਦਿੱਲੀ ਸ਼ਹਿਰ ਪੂਰੀ ਦੇਸ਼ ਦਾ ਇੱਕ ਮਾਣ ਹੈ, ਤੇ ਦਿੱਲੀ ਨੂੰ ਬੜੇ ਮਾਣ ਨਾਲ ਅਸੀਂ ਕਹਿੰਦੇ ਦਿੱਲੀ ਗਏ ਆ, ਪਰ ਤੁਸੀਂ ਦੇਖੋਗੇ ਉੱਥੇ ਕੂੜੇ ਦੇ ਕਿੱਡੇ ਕਿੱਡੇ ਪਰਬਤ ਲੱਗੇ ਪਏ ਆ, ਸਮੱਸਿਆ ਹੱਲ ਨਹੀਂ ਹੋ ਰਹੀ। ਕੀ ਪਹਿਲਾ ਅਜਿਹਾ ਦਫ਼ਤਰ ਹੈ ਜਿੱਥੇ ਕੂੜਾ ਘਰ ਲਿਖਿਆ ਹੋਇਆ, ਇੱਥੇ ਕੂੜਾ ਸਟੋਰ ਕੀਤਾ ਜਾਏਗਾ? ਦਫ਼ਤਰ ਤਾਂ ਮੈਂ ਬਹੁਤ ਦੇਖਿਆ, ਇਹ ਦਫ਼ਤਰ 'ਚ ਕੀ ਖਾਸ ਹੈ? ਵਧੀਆ ਢੰਗ ਨਾਲ ਸਾਡੇ ਕੋਲ ਪ੍ਰੋਪਰ ਇਸੇ ਕੂੜਾ ਲੈ ਕੇ ਆਉਣਗੀਆਂ ਔਰਤਾਂ, ਅਸੀਂ ਉਹਨਾਂ ਨੂੰ ਗਿਫਟ ਦੇਣੇ। ਉਹ ਕੂੜੇ ਨੂੰ ਸਮੇਟਣ ਦੇ ਪੈਸੇ ਲੈ ਜਾਂਦੇ, ਉਹਨੂੰ ਰੀਸਾਈਕਲ ਕਰਨ ਦੇ ਪੈਸੇ ਲੈ ਜਾਂਦੇ ਆ, ਕਿਉਂਕਿ ਖਾਣਾ ਅਸੀਂ ਗੱਡੀ 'ਚ ਗੰਦ ਅਸੀਂ ਸੜਕ 'ਤੇ ਪਾਉਣਾ, ਫਿਰ ਦੇਸ਼ ਕਿਵੇਂ ਸਾਡਾ ਸਾਫ਼ ਸੁਥਰਾ ਸਵੱਛ ਹੋ ਸਕਦਾ? ਨਹੀਂ ਸੋਚ ਸਕਦੇ। ਤਾਂ ਬਿਲਕੁਲ, ਮੈਂ ਬੜੇ ਦਫ਼ਤਰ ਦੇਖੇ ਅੱਜ ਤੱਕ, ਮੈਂ ਪਹਿਲਾ ਅਜਿਹਾ ਦਫ਼ਤਰ ਦੇਖਿਆ। ਤੁਸੀਂ ਤਸਵੀਰਾਂ ਦਿਖਾਓ ਜ਼ਰੂਰ ਕਿ ਪਹਿਲਾ ਅਜਿਹਾ ਦਫ਼ਤਰ ਹੈ ਜਿੱਥੇ ਕੂੜਾ ਘਰ ਲਿਖਿਆ ਹੋਇਆ, ਇੱਥੇ ਕੂੜਾ ਸਟੋਰ ਕੀਤਾ ਜਾਏਗਾ। ਦਫ਼ਤਰ ਤਾਂ ਮੈਂ ਬਹੁਤ ਦੇਖਿਆ, ਇਹ ਦਫ਼ਤਰ 'ਚ ਕੀ ਖਾਸ ਹੈ ਇੱਦਾਂ ਦਾ? ਇਹ ਅਸਲ ਕੂੜੇ ਘਰ ਦਾ ਸਾਡਾ ਦਫ਼ਤਰ ਬਣਾਇਆ, ਕਿਉਂਕਿ ਇੱਥੇ ਸਾਡੀਆਂ ਜਿਹੜੀਆਂ ਔਰਤਾਂ ਬੈਠਣਗੀਆਂ, ਇਹਦੇ ਅੰਦਰ ਪੱਖਾ ਵਗੈਰਾ ਲੱਗਿਆ ਹੋ ਗਿਆ, ਸਾਰੀਆਂ ਲਾਈਟਾਂ ਲੱਗੀਆਂ, ਪ੍ਰਬੰਧ ਕੀਤਾ ਹੈਗਾ। ਜਦੋਂ ਔਰਤਾਂ ਸਾਡੀਆਂ ਵਿਹਲੀਆਂ ਹੋਣਗੀਆਂ, ਰੈਸਟ ਕਰਨਗੀਆਂ ਇੱਥੇ ਬੈਠ ਕੇ, ਕੋਈ ਜਿਹੜਾ ਸਮਾਨ ਹੋਊਗਾ ਕੂੜੇ ਨੂੰ, ਗਲਵਜ਼ ਵਗੈਰਾ ਵਗੈਰਾ, ਕੋਈ ਬੱਠਲ, ਕੋਈ ਕਹੀਆਂ, ਇਸ ਤਰ੍ਹਾਂ ਦੀਆਂ ਸਾਰੀਆਂ ਚੀਜ਼ਾਂ 'ਚ ਰੱਖੀਆਂ ਜਾਣਗੀਆਂ। ਔਰ ਜਿਹੜਾ ਸਾਡਾ ਰਿਕਾਰਡ ਵੀ ਅਸੀਂ ਰੱਖ, ਕਿਉਂਕਿ ਜਿਹੜੀਆਂ ਔਰਤਾਂ ਨੂੰ ਅਸੀਂ ਪੈਸੇ ਦੇਣੇ ਆ, ਨਾਮ ਦੇਣੇ ਹੈਗੇ ਆ, ਕਿਉਂਕਿ ਨਾਮ ਉਹਨਾਂ ਨੂੰ ਦੇਣੇ ਆ ਜਿਹੜਾ ਵਧੀਆ ਢੰਗ ਨਾਲ ਸਾਡੇ ਕੋਲ ਪ੍ਰੋਪਰ ਇਸੇ ਕੂੜਾ ਲੈ ਕੇ ਆਉਣਗੀਆਂ ਔਰਤਾਂ,
ਅਸੀਂ ਉਹਨਾਂ ਨੂੰ ਗਿਫਟ ਦੇਣੇ ਆ। ਅੱਛਾ। ਔਰ ਪੈਸੇ ਅਸੀਂ ਉਹਨਾਂ ਨੂੰ ਪੈਸੇ ਜਿਹੜੇ ਪੈਸੇ ਦੇਣੇ ਆ, ਅਸੀਂ ਜਿਹੜੀ ਸਾਡੀ ਖਾਦ ਬਣੂਗੀ ਕੂੜੇ ਦੀ ਅਸੀਂ ਉਹਨੂੰ ਸੇਲ ਕਰਾਂਗੇ, ਉਹ ਸੇਲ ਦੇ ਵਿੱਚੋਂ ਜਿਹੜੀ ਸਾਨੂੰ ਆਮਦਨ ਹੋਊਗੀ, ਅਸੀਂ ਜਿਹੜੇ ਔਰਤਾਂ ਸਾਡੇ ਕੋਲ ਕੂੜਾ ਲੈ ਕੇ ਆਉਣਗੀਆਂ ਅਸੀਂ ਉਹਨਾਂ ਨੂੰ ਪੈਸੇ ਦੇਣੇ। ਅੱਛਾ। ਔਰ ਇੱਕ ਬਹੁਤ ਵਧੀਆ ਢੰਗ ਨਾਲ ਵਿਧੀ ਦੇ ਨਾਲ ਇਹਨੂੰ ਸਾਰਾ ਅਸੀਂ ਚਲਾਵਾਂਗੇ। ਔਰ ਸਾਡੇ ਲਈ ਬੜੀ ਖੁਸ਼ੀ ਗੱਲ ਆ ਕਿ ਤੁਸੀਂ ਪਹਿਲਾਂ ਦੇਖ ਰਹੇ ਹੋ ਕਿ ਅੱਜ ਤੱਕ ਦੇਖਿਆ ਨਹੀਂ ਹੋਣਾ ਕਿ ਕੂੜੇ ਘਰ ਦਾ ਦਫ਼ਤਰ ਰਣਸਿੰਘ ਕਲਾਂ ਦਾ ਕੂੜੇ ਘਰ ਦਾ ਦਫ਼ਤਰ ਹੈ ਕਿ ਜਿੱਥੇ ਕੂੜੇ ਘਰ ਦਾ ਵੀ ਦਫ਼ਤਰ ਬਣਿਆ। ਬੜੀ ਨਵੇਕਲੀ ਗੱਲ ਆ, ਤਾਂ ਹੀ ਤਾਂ ਆਖਿਆ ਕਿ ਰਣਸਿੰਘ ਕਲਾਂ ਦੀਆਂ ਰੂੜੀਆਂ 'ਚ ਪੱਖੇ ਚੱਲਦੇ ਆ। ਇਹ ਬੜੀ ਵੱਡੀ ਗੱਲ ਹੈ। ਔਰ ਇਹ ਜਿਹੜਾ ਪੈਟ ਬਣਾਏ ਹੈਗੇ ਆ, ਇਹਦੇ ਵਿੱਚ ਅਸੀਂ ਗਿੱਲਾ ਕੂੜਾ ਸਟੋਰ ਕਰਾਂਗੇ, ਜਿਹਦੇ ਵਿੱਚ ਸਬਜ਼ੀਆਂ ਦੇ ਫੁਲਕ ਵਗੈਰਾ, ਫਲਾਂ ਦੇ ਫੁਲਕ ਵਗੈਰਾ, ਚਾਹ ਪੱਤੀ, ਦਾਲਾਂ, ਦਰੱਖਤਾਂ ਦੇ ਪੱਤੇ, ਉਹ ਸਾਰੇ ਜਿਹੜਾ ਗਿੱਲਾ ਕੂੜੇ ਦਾ ਰੂਪ ਹੋਣਗੇ ਉਹ ਆਏਗਾ। ਉਦੋਂ ਬਿਨਾਂ ਜਿਹੜਾ ਸੁੱਕਾ ਕੂੜਾ ਆਊਗਾ ਜਿਹਦੇ ਵਿੱਚ ਪਲਾਸਟਿਕ ਆ ਸਕਦੀ ਆ, ਕੱਚ ਆ ਸਕਦਾ, ਲੋਹਾ ਆ ਸਕਦਾ, ਕੱਪੜੇ ਆ ਸਕਦੇ ਆ, ਉਹਨਾਂ ਨੂੰ ਅਸੀਂ ਅਲੱਗ ਤਰ੍ਹਾਂ ਸਟੋਰ ਕਰਾਂਗੇ। ਔਰ ਪਲਾਸਟਿਕ ਨੂੰ ਉਹਦੇ ਵਿੱਚੋਂ ਕੱਢ ਕੇ ਅਸੀਂ ਰੀਸਾਈਕਲ ਕਰਾਂਗੇ। ਅੱਛਾ। ਔਰ ਜਿਹੜੇ ਬੱਚਿਆਂ ਦੇ ਡੈਪਰ ਹੋਣਗੇ, ਔਰਤਾਂ ਦੇ ਸੈਂਟਰੀ ਪੈਡ ਵਗੈਰਾ ਹੋਣਗੇ, ਉਹਨਾਂ ਨੂੰ ਜਾਲਣ ਦੀ ਖਾਤਰ, ਨਸ਼ਟ ਕਰਨ ਦੀ ਖਾਤਰ ਇੱਕ ਭੱਠੀ ਬਣਾਈ ਆ। ਔਰ ਜਿਹੜੇ ਪਸ਼ੂਆਂ ਦਾ ਗੋਬਰ ਆਉਂਦਾ ਹੈ, ਕਿਉਂਕਿ ਉਹ ਗੋਬਰ ਨੂੰ ਵੀ ਅਸੀਂ ਸਟੋਰ ਕਰਨਾ, ਉਹਦੇ ਲਈ ਇੱਕ ਵੱਖਰਾ ਵੱਡਾ ਇੱਕ ਪੂਰਾ ਵੱਡਾ ਪੈਟ ਬਣਾਇਆ, ਉਹਦੇ ਵਿੱਚ ਅਸੀਂ ਸਟੋਰ ਕਰਾਂਗੇ। ਜਦੋਂ ਖਾਦ ਬਣ ਜੂਗੀ ਅਸੀਂ ਉਹ ਖਾਦ ਵੀ ਕਿਸਾਨਾਂ ਨੂੰ ਸੇਲ ਕਰਾਂਗੇ। ਔਰ ਅਸੀਂ ਇਹਨੂੰ ਜਿਹੜੀ ਅੱਜ ਸਾਡੇ ਲਈ ਇੱਕ ਲੋਕਾਂ ਲਈ ਸਮੱਸਿਆ ਬਣੀ ਹੋਈ ਆ ਕੂੜੇ ਦੀ, ਅਸੀਂ ਉਹਨੂੰ ਵਰਦਾਨ ਦੇ ਰੂਪ 'ਚ ਬਣਾਵਾਂਗੇ। ਬਿਲਕੁਲ, ਇਹ ਵਰਦਾਨ ਬਣੂਗਾ ਕੂੜਾ ਘਰ ਲੋਕਾਂ ਲਈ, ਕਿਉਂਕਿ ਦਿੱਲੀ ਵਰਗੇ ਦੇਖ ਜਿਹੜੇ ਸੂਬੇ ਆ, ਤੁਸੀਂ ਦਿੱਲੀ ਸ਼ਹਿਰ ਪੂਰੀ ਦੇਸ਼ ਦਾ ਇੱਕ ਮਾਣ ਹੈ ਤੇ ਦਿੱਲੀ ਨੂੰ ਬੜੇ ਮਾਣ ਨਾਲ ਅਸੀਂ ਕਹਿੰਦੇ ਦਿੱਲੀ ਗਏ ਹਾਂ, ਪਰ ਤੁਸੀਂ ਦੇਖੋਗੇ ਉੱਥੇ ਕੂੜੇ ਦੇ ਕਿੱਡੇ ਕਿੱਡੇ ਪਰਬਤ ਲੱਗੇ ਪਏ ਆ, ਸਮੱਸਿਆ ਹੱਲ ਨਹੀਂ ਹੋ ਰਹੀ।